ਸਾਡੇ ਕੋਲੇ ਰਾਜਸਥਾਨ ਦਾ ਜਿਹੜਾ ਕੋਟਾ ਹੈਗਾ ਸ਼ਹਿਰ ਉੱਥੇ ਪੜਦੇ ਸੀਗੇ ਉੱਥੋਂ ਕੱਲ ਸਾਡੇ ਕੋਲੇ ਇਹ ਪਹੁੰਚੇ ਦੇ ਸ਼ਾਮੀ ਤੇ ਅਸੀਂ ਇਹਨਾਂ ਨੂੰ ਜਿਹੜੀ ਸਾਡੀ ਜ਼ਿਲ੍ਹੇ ਵੱਲੋਂ ਇੱਕ ਕੁਆਰੰਟਾਈਨ ਫੈਸਿਲਿਟੀ ਬਣਾਈ ਹੋਈ ਆ ਉੱਥੇ ਫਿਲਹਾਲ ਰੱਖਿਆ ਹੋਇਆ कोरोना वायरस के कारण पूरे भारत में लॉकडाउन किया गया सी अते पंजाब विच कर्फ्यू ला दिता गया सी। जो विद्यार्थी बाहरले राज्यां विच पढ़ाई करन दे लई गए हुए सन ओह लॉकडाउन करके उत्थे ही फस गए। इन्हां नूं वापस अपने अपने घरी भेजण वास्ते केंद्र सरकार अते पंजाब सरकार वल्लों उपराले कीते जा रहे हन, जिस करके कोटा राजस्थान विच फसे विद्यार्थियों नूं भी कल 7 बसां राही वापस पंजाब पहुंचाया गया। उन्हां विचों 25 विद्यार्थी बठिंडा दे सन जिन्हां नूं कल होटल मैनेजमेंट दे कमरियां विच बनाए गए एकांतवास विच रख्या गया सी। उन्हां दा अज बठिंडा दे सिविल अस्पताल विच करोना टेस्ट करवाया जाएगा। इस तरह ही जो पुलिस मुलाजिम 50 साल तो उत्ते दी उम्र दे हन उन्हां दे भी करोना टेस्ट कीते जाणगे। की कह रहे ने इस सारे मसले उत्ते CMO डॉक्टर अमरीक सिंह, मारदे इक नज़र। मेरा नाम कुणाल महेश्वरी है, मैं तलवंडी साबो का रहना वा। असी कोटा तो आए सीगे, मैडिकल एंट्रेंस की तैयारी कर रहे सीगे, तां पंजाब गौरमेंट की बस की सहूलत नाल सानू तलवंडी बठिंडा लिया गया, तो उसके अकॉर्डिंग सानू इंस्टीट्यूट ऑफ होटल मैनेजमेंट के रखाया गया, ताकि साढ़े थर्मल स्क्रीनिंग वगैरह इन्हां ने की सी रस्ते दे विच। ਤਾਂ ਹੁਣ ਸਾਨੂੰ ਇੱਥੇ ਸਿਵਲ ਹਸਪੀਟਲ ਲਿਆਂਦਾ ਗਿਆ ਕਿ ਸਾਡੇ ਸੈਂਪਲ ਵਗੈਰਾ ਲੈਤੇ ਜਾਣਗੇ, ਤਾਂ ਉਸਦੇ ਅਕੋਰਡਿੰਗ ਰਿਪੋਰਟ ਆਏਗੀ, ਤਾਂ ਜੇ ਆਏਗੀ ਤਾਂ ਫਿਰ ਸਾਨੂੰ ਛੱਡਿਆ ਜਾਏਗਾ, ਤਾਂ ਅਸੀਂ ਘਰ ਜਾਵਾਂਗੇ ਆਪਦੇ। ਤਾਂ ਕੀ ਨਾਮ ਹੈ ਜੀ? ਗੌਰਵ ਗਰਗ ਜੀ, ਕਿੱਥੋਂ ਦੇ ਰਹਿਣ ਵਾਲੇ? ਗੁਨਿਆਣਾ ਮੰਡੀ ਦਾ ਜੀ। ਹਾਂਜੀ, ਕੀ ਕਹਿਣਾ ਗਾ ਜਿਹੜਾ ਤੁਹਾਨੂੰ ਅੱਜ ਇੱਥੇ ਲਿਆਂਦਾ ਗਿਆ? ਬਸ ਜੀ, ਅਸੀਂ ਕੋਟੇ ਤੋਂ ਆਏ ਸੀਗੇ ਜੀ, ਅਤੇ ਸਾਨੂੰ ਫਿਰ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਦੇ ਵਿੱਚ ਰੋਕਿਆ ਸੀਗਾ ਜੀ ਇੱਕ ਦਿਨ ਵਾਸਤੇ, ਅਤੇ ਉਹ ਕਹਿੰਦੇ ਸੀ ਸੈਂਪਲ ਲੈਣਾ ਤੁਹਾਡਾ, ਅਤੇ ਅਸੀਂ ਕੱਲ੍ਹ ਆ ਗਏ ਸੀ ਇੱਥੇ ਜੀ, 12:30 ਵਜੇ ਆ ਗਏ ਸੀਗੇ, ਅਤੇ ਅੱਜ ਸਾਡਾ ਸੈਂਪਲ ਹੋਊਗਾ, ਉਦੋਂ ਬਾਅਦ ਸਾਨੂੰ ਫਿਰ ਇੱਕ ਦਿਨ ਲਈ ਰਿਪੋਰਟ ਆਊਗੀ ਜੀ, ਉਦੋਂ ਬਾਅਦ ਸਾਨੂੰ ਡਿਸਚਾਰਜ ਕੀਤਾ ਜਾਊਗਾ ਜੀ। ਕਿਸ ਤਰ੍ਹਾਂ ਤੁਸੀਂ ਕੱਸ ਤੇ ਆਏ ਹੋ? ਅਸੀਂ ਕੋਟਾ ਦੇ ਵਿੱਚੋਂ ਜੀ ਬੱਸਾਂ 'ਤੇ ਆਏ ਹਾਂ ਜੀ, ਡੱਬਵਾਲੀ ਤੱਕ ਬੱਸ 'ਤੇ ਆਏ ਸੀਗੇ ਜੀ, ਅਤੇ ਫਿਰ ਉਦੋਂ ਬਾਅਦ PRTC ਬੱਸ ਸੀਗੀਆਂ ਜੀ, ਅਤੇ PRTC ਬੱਸ ਡੱਬਵਾਲੀ ਤੋਂ ਫਿਰ ਅਸੀਂ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਤੱਕ ਜੀ। ਤੁਹਾਨੂੰ ਖਾਣ ਪੀਣ ਦਾ ਅਤੇ ਹੋਰ ਸੁਵਿਧਾ ਦਾ ਸਾਰੀ ਦਿੱਤੀ ਗਈ? ਹਾਂਜੀ, ਖਾਣ ਪੀਣ ਦੀ ਬਹੁਤ ਵਧੀਆ ਸੁਵਿਧਾ ਦਿੱਤੀ ਗਈ ਹੈ ਜੀ, ਅਤੇ ਵਾਰ ਵਾਰ ਆ ਕੇ ਪੁੱਛ ਵੀ ਰਹੇ ਨੇ, ਕੋਈ ਪ੍ਰੋਬਲਮ ਹੋਵੇ ਤਾਂ ਦੱਸਿਓ। ਹਾਂਜੀ, ਅੱਜ ਸਵੇਰੇ ਉਹਨਾਂ ਨੇ ਸੈਨੀਟਾਈਜ਼ ਕੀਤਾ ਸੀ ਸਾਰਾ ਫਰਸ਼ ਵਗੈਰਾ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਕੌਰ ਹੈ, ਮੈਂ ਤਲਵੰਡੀ ਸਾਬੋ ਦੀ ਰਹਿਣ ਵਾਲੀ ਹਾਂ, ਅਤੇ ਅਸੀਂ ਪਰਸੋਂ ਤੋਂ ਕੋਟਾ ਤੋਂ ਚੱਲੇ ਹੋਏ ਹਾਂ, ਕੋਟਾ ਤੋਂ ਸਾਨੂੰ ਡੱਬਵਾਲੀ ਤੱਕ ਜਿਹੜੀਆਂ ਬੱਸਾਂ ਭੇਜੀਆਂ ਸੀਗੀਆਂ ਬੱਚਿਆਂ ਨੂੰ ਛੱਡਣ ਵਾਸਤੇ, ਅਤੇ ਫਿਰ ਡੱਬਵਾਲੀ ਤੋਂ ਬਠਿੰਡਾ ਤੱਕ, ਅਤੇ ਜਾਂ ਜਿਹੜੇ ਮਤਲਬ ਹੋਰ ਸਟੂਡੈਂਟ ਜਿੰਨੇ ਜਿੰਨੇ ਅਲੱਗ ਅਲੱਗ ਮਤਲਬ ਡਿਸਟ੍ਰਿਕਟ ਦੇ ਹੈਗੇ ਹੈਗੇ, ਉਹਨਾਂ ਨੂੰ ਅਲੱਗ ਅਲੱਗ ਬੱਸਾਂ ਤਾਂ ਹੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਆਪਣੇ ਆਪਣੇ ਘਰ ਪਹੁੰਚਾਇਆ ਗਾ, ਅਤੇ ਸਾਨੂੰ ਕੱਲ੍ਹ ਇੱਥੇ ਮਤਲਬ ਅਲੱਗ ਅਲੱਗ ਹੋਸਟਲਾਂ ਦੇ ਵਿੱਚ ਰੱਖਿਆ ਗਿਆ ਗਾ ਮੁੰਡੇ ਕੁੜੀਆਂ ਨੂੰ ਅਲੱਗ ਅਲੱਗ, ਅਤੇ ਮਤਲਬ ਅਲੱਗ ਅਲੱਗ ਰੂਮਾਂ ਦੇ ਵਿੱਚ ਪੂਰਾ ਧਿਆਨ ਰੱਖਿਆ ਗਿਆ ਸੇਫਟੀ ਦਾ ਵੀ, ਕਿਸ ਤਰ੍ਹਾਂ ਬੱਚਿਆਂ ਨੂੰ ਰੱਖਣਾ ਗਾ, ਅਤੇ ਸਾਨੂੰ ਅਲੱਗ ਅਲੱਗ ਖਾਣਾ ਵਧੀਆ ਪੂਰੀ ਚੰਗੀ ਤਰ੍ਹਾਂ ਪ੍ਰੋਵਾਈਡ ਕੀਤਾ ਗਿਆ ਗਾ, ਅਤੇ ਹੁਣ ਸਾਡਾ ਜਿਹੜਾ ਕਿ ਅੱਜ 12:30 ਕਹਿੰਦੇ ਆ ਕਿ ਵੀ ਸਾਡਾ ਟੈਸਟ ਹੋਣਾ ਗਾ, ਟੈਸਟ ਤੋਂ ਬਾਅਦ ਜਿਸ ਤਰ੍ਹਾਂ ਰਿਪੋਰਟ ਆਊਗੀ ਫਿਰ ਉਸਦੇ ਅਕੋਰਡਿੰਗ, ਜਿਸ ਤਰ੍ਹਾਂ DC ਦਾ ਹੁਕਮ ਹੋਊਗਾ ਸਾਨੂੰ ਉਸਦੇ ਅਕੋਰਡਿੰਗ, ਜਾਂ ਤਾਂ ਵੀ ਜੇ ਘਰੇ ਕੁਆਰੰਟਾਈਨ ਕਰਨਾ ਤਾਂ ਉਸਦੇ ਅਕੋਰਡਿੰਗ, ਨਹੀਂ ਫਿਰ ਬਾਕੀ ਜਿਵੇਂ ਹੁਕਮ ਹੋਊਗਾ ਉਸਦੇ ਅਕੋਰਡਿੰਗ ਸਾਨੂੰ ਰੱਖਿਆ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸ਼ਨਦੀਪ ਕੌਰ ਹੈ, ਮੈਂ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਸ਼ੇਖਪੁਰੇ ਦੇ ਰਹਿਣ ਵਾਲੀ ਹਾਂ। ਅਸੀਂ ਪਰਸੋਂ ਤੋਂ ਕੋਟਾ ਤੋਂ ਚੱਲੇ ਹਾਂ, ਅਸੀਂ ਉੱਥੇ ਬਹੁਤ ਹੀ ਟੈਨਸ਼ਨ ਵਿੱਚ ਸੀ, ਸਾਨੂੰ ਇਸ ਵੀ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਸਾਨੂੰ ਲੈ ਕੇ ਜਾਵੇ, ਅਤੇ ਸਾਨੂੰ ਉਹਨਾਂ ਨੇ ਬੱਸਾਂ ਭੇਜੀਆਂ, ਸਲੀਪਰ ਬੱਸਾਂ ਸੀ, ਸਾਨੂੰ ਬਹੁਤ ਵਧੀਆ ਫੈਸਿਲਿਟੀ ਨਾਲ ਲਿਆਂਦਾ ਗਿਆ ਇੱਥੋਂ ਤੱਕ ਡੱਬਵਾਲੀ ਤੱਕ, ਡੱਬਵਾਲੀ ਤੋਂ ਫਿਰ ਸਾਨੂੰ ਉਦੋਂ ਅੱਗੇ ਵੀ ਲਿਆਂਦਾ ਗਿਆ ਵਧੀਆ ਬੱਸਾਂ ਦੇ ਨਾਲ, ਸਾਨੂੰ ਹੁਣ ਇੱਥੇ ਹੋਸਟਲ 'ਚ ਰੱਖਿਆ ਗਿਆ ਹੈ ਵਧੀਆ, ਕੱਲ੍ਹ ਵੀ ਖਾਣਾ ਵਧੀਆ ਦਿੱਤਾ ਗਿਆ ਅਤੇ ਅੱਜ ਵੀ ਸਾਨੂੰ ਸੁਬਹਾ ਨਾਸ਼ਤਾ ਵਧੀਆ ਦਿੱਤਾ ਗਿਆ ਹੈਗਾ, ਅਤੇ ਹੁਣ ਕਹਿ ਰਹੇ ਵੀ 12:30 ਵਜੇ ਸੈਂਪਲ ਲੈਣਗੇ, ਉਦੋਂ ਬਾਅਦ ਜਿਵੇਂ ਕਰਨਗੇ ਸਾਨੂੰ ਅਸੀਂ ਉਵੇਂ ਹੀ ਰਹਿ ਲਾਂਗੇ, ਕਿਉਂਕਿ ਸਾਨੂੰ ਵੀ ਪਤਾ ਜੇ ਅਸੀਂ ਉਹਨਾਂ ਦੇ ਖਿਲਾਫ ਚੱਲਾਂਗੇ ਤਾਂ ਇਹ ਬਿਮਾਰੀ ਵੱਧ ਸਕਦੀ ਹੈ, ਤਾਂ ਉਹਨਾਂ ਦਾ ਧੰਨਵਾਦ ਸਾਨੂੰ ਇੱਥੋਂ ਲਿਆਉਣ ਲਈ, ਸਾਰੇ ਡਰਾਈਵਰਾਂ ਦਾ, ਉੱਥੋਂ ਦੇ ਸਾਡੇ LNR ਟੀਚਰਸ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ, ਧੰਨਵਾਦ ਜੀ। ਹਾਂਜੀ ਸਰ, ਕੀ ਕਹਿਣਾ ਜਿਹੜੇ ਅੱਜ ਸਟੂਡੈਂਟ ਆਏ ਜਿਹੜੇ ਜੀ ਟੈਸਟ ਕਰਵਾਉਣ? ਇਹ ਸਟੂਡੈਂਟ ਸਾਡੇ ਕੋਲੇ ਰਾਜਸਥਾਨ ਦਾ ਜਿਹੜਾ ਕੋਟਾ ਹੈਗਾ ਸ਼ਹਿਰ ਉੱਥੇ ਪੜ੍ਹਦੇ ਸੀਗੇ, ਉੱਥੋਂ ਕੱਲ੍ਹ ਸਾਡੇ ਕੋਲ ਇਹ ਪਹੁੰਚੇ ਨੇ ਸ਼ਾਮੀ, ਅਤੇ ਅਸੀਂ ਇਹਨਾਂ ਨੂੰ ਜਿਹੜੀ ਸਾਡੀ ਜ਼ਿਲ੍ਹੇ ਵੱਲੋਂ ਇੱਕ ਕੁਆਰੰਟਾਈਨ ਫੈਸਿਲਿਟੀ ਬਣਾਈ ਹੋਈ ਆ ਉੱਥੇ ਫਿਲਹਾਲ ਰੱਖਿਆ ਹੋਇਆ, ਅਤੇ ਇਹਨਾਂ ਦੇ ਅਸੀਂ ਟੈਸਟ ਕਰੋਨਾ ਸੰਬੰਧੀ ਕਰਾਂਗੇ, ਅਗਰ ਟੈਸਟ ਨੈਗੇਟਿਵ ਆ ਜਾਂਦੇ ਨੇ ਫਿਰ ਹੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਘਰ ਕੁਆਰੰਟਾਈਨ ਲੈਣ ਲਈ ਭੇਜਾਂਗੇ।
ਕਿੰਨੇ ਸਟੂਡੈਂਟ ਹੈ ਇੱਥੇ ਆਪਣੇ ਬਠਿੰਡੇ 'ਚ? ਜਿਹੜੇ ਮਤਲਬ ਕੱਲ੍ਹ ਆਏ ਨੇ ਉਹ 25 ਸਟੂਡੈਂਟ ਹੈ। ਸਟੂਡੈਂਟ ਵੀ ਨੇ ਵਿੱਚ ਨਾਲ, ਉਹਨਾਂ ਦੇ ਇੱਕ ਦੋ ਪੇਰੈਂਟਸ ਵੀ ਹੈਗੇ ਨੇ ਨਾਲ। ਨਹੀਂ, ਉਹਨਾਂ ਦਾ ਕੋਈ ਸਪੈਸੀਫਿਕਲੀ ਪੁਲਿਸ ਦੇ ਮੁਲਾਜ਼ਮਾਂ ਦਾ ਨਹੀਂ ਹੈ। ਸਰਕਾਰ ਦੀਆਂ ਪਿੱਛੇ ਜੇ ਹਦਾਇਤਾਂ ਸੀਗੀਆਂ ਕਿ ਆਪਣੇ, ਕਿਉਂਕਿ ਜ਼ਿਲ੍ਹਾ ਗ੍ਰੀਨ ਜ਼ੋਨ ਦੇ ਵਿੱਚ ਹੈਗਾ, ਹਾਲੇ ਤੱਕ ਕੋਈ ਕੇਸ ਪੋਜ਼ਿਟਿਵ ਨਹੀਂ ਆਇਆ ਹੈਗਾ, ਅਤੇ ਸਰਕਾਰ ਕਹਿੰਦੀ ਹੈ ਵੀ ਕੋਈ ਐਟ ਰੈਂਡਮ ਵੀ ਤੁਸੀਂ ਲੋਕਾਂ ਦੇ ਜਿਹੜੇ ਪਬਲਿਕ ਦੇ ਵਿੱਚ ਜ਼ਿਆਦਾ ਮੂਵ ਕਰਦੇ ਨੇ, ਜਿਹੜੇ ਐਟ ਰਿਸਕ ਹੈਗੇ ਨੇ, ਉਹਨਾਂ ਦੇ ਵੀ ਤੁਸੀਂ ਸੈਂਪਲ ਲੈ ਕੇ ਟੈਸਟ ਕਰਾ ਕੇ ਦੇਖੋ, ਕਿਤੇ ਕੋਈ ਸਬ ਕਲੀਨਿਕਲ ਇਨਫੈਕਸ਼ਨ ਤਾਂ ਨਹੀਂ ਆਪਣੇ ਆਸ ਪਾਸ ਜਿਹੜੀ ਹੈਗੀ ਹੈ ਚੱਲ ਰਹੀ ਨਾਲ। ਅਤੇ ਉਹਦੇ ਵਿੱਚ ਇਕੱਲੇ ਪੁਲਿਸ ਵਾਲੇ ਨਹੀਂ ਹੈਗਾ, ਜਿਵੇਂ ਫੂਡ ਸਪਲਾਈ ਵਾਲੇ ਹੈਗੇ ਨੇ, ਸਬਜ਼ੀਆਂ ਦਿੰਦੇ ਨੇ ਲੋਕ, ਬਲਕਿ ਮੈਂ ਤਾਂ ਕਹਾਂਗਾ ਕਿੰਨੇ ਪ੍ਰੈਸ ਵਾਲੇ ਵੀਰ ਨੇ, ਉਹ ਵੀ ਸਾਰਾ ਦਿਨ ਰਿਸਕੀ ਏਰੀਆ 'ਚ ਮੂਵ ਕਰਦੇ ਨੇ, ਉਹਨਾਂ ਨੂੰ ਵੀ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈਗਾ। ਪਰ ਅੱਜ ਦੇ ਦਿਨ, ਕਿਉਂਕਿ ਸਾਡੇ ਜਿਹੜੇ ਹੈਗੀ ਆ ਜਿਹੜੀ ਮੈਡੀਕਲ ਕਾਲਜ ਦੀਆਂ ਲੈਬਸ ਨੇ, ਉਹ ਉਹਨਾਂ ਕੋਲ ਪੈਂਡੈਂਸੀ ਪਈ ਹੈ, ਅੱਜ ਸ਼ਾਇਦ ਅਸੀਂ ਸਾਰਿਆਂ ਨੂੰ ਇਹਦੇ ਬਾਰੇ ਨਹੀਂ ਕਰਵਾਉਣ ਨੂੰ ਕਹਿ ਰਹੇ। ਅਗਰ ਕੱਲ੍ਹ ਨੂੰ ਸਾਡੇ ਜਿਹੜੇ ਹੈਗੇ, ਸਾਡੇ ਕੋਲ ਜਿਹੜੀ ਅਵੇਲੇਬਿਲਿਟੀ ਹੋਏਗੀ ਲੈਬ 'ਚ ਟੈਸਟ ਕਰਾਉਣ ਦੀ, ਤਾਂ ਅਸੀਂ ਬਾਕੀ ਬੰਦਿਆਂ ਨੂੰ ਵੀ ਕਹਾਂਗੇ ਆ ਕੇ ਕਰਾ ਜਾਓ। ਅੱਜ ਤੱਕ ਆਪਣੇ ਕੋਲ ਕਿੰਨੇ ਕੁ ਟੈਸਟ ਆ ਚੁੱਕੇ? ਟੈਸਟ ਅਸੀਂ ਤਕਰੀਬਨ 470 ਬੰਦਿਆਂ ਦੇ ਜਿਹੜੇ ਸੈਂਪਲ ਲੈ ਚੁੱਕੇ ਹਾਂ ਹੁਣ ਤੱਕ, ਜਿਹਦੇ ਵਿੱਚੋਂ 101 ਦੀ ਰਿਪੋਰਟ ਆਉਣੀ ਬਾਕੀ ਹੈ, ਬਾਕੀ ਸਾਰੇ ਹੁਣ ਤੱਕ ਜਿੰਨੇ ਟੈਸਟ ਹਨ ਉਹ ਨੈਗੇਟਿਵ ਨੇ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ AS ਕੈਥ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਹਾਂ ਬਾਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਨਾਲ ਮਹੇਸ਼ਵਰੀ ਹੈ। ਮੈਂ ਤਲਵੰਡੀ ਸਾਬੋ ਦਾ ਰਹਿਣਾ ਵਾ, ਤਾਂ ਅਸੀਂ ਕੋਟਾ ਤੋਂ ਆਏ ਸੀਗੇ, ਮੈਡੀਕਲ ਐਂਟਰੈਂਸ ਦੀ ਤਿਆਰੀ ਕਰ ਰਹੇ ਸੀਗੇ, ਤਾਂ ਪੰਜਾਬ ਗੌਰਮੈਂਟ ਦੀ ਬੱਸ ਦੀ ਸਹੂਲਤਾਂ ਨਾਲ ਸਾਨੂੰ ਬਠਿੰਡਾ ਲਿਆਂਦਾ ਗਿਆ, ਤਾਂ ਉਹਦੇ ਅਕੋਰਡਿੰਗ ਸਾਨੂੰ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਦੇ ਵਿੱਚ ਰੁਕਾਇਆ ਗਿਆ, ਤਾਂ ਕਿ ਸਾਡੇ ਥਰਮਲ ਸਕਰੀਨਿੰਗ ਵਗੈਰਾ ਇਹਨਾਂ ਨੇ ਕੀਤੀ ਸੀਗੀ ਰਸਤੇ ਦੇ ਵਿੱਚ, ਤਾਂ ਹੁਣ ਸਾਨੂੰ ਇੱਥੇ ਸਿਵਲ ਹੋਸਪਿਟਲ ਲਿਆਂਦਾ ਗਿਆ ਕਿ ਸਾਡੇ ਸੈਂਪਲ ਵਗੈਰਾ ਲਿੱਤੇ ਜਾਣਗੇ, ਤਾਂ ਉਸਦੇ ਅਕੋਰਡਿੰਗ ਰਿਪੋਰਟ ਆਏਗੀ, ਤਾਂ ਜੇ ਆਏਗੀ ਤਾਂ ਫਿਰ ਸਾਨੂੰ ਛੱਡਿਆ ਜਾਏਗਾ, ਤਾਂ ਅਸੀਂ ਘਰ ਜਾਵਾਂਗੇ ਆਪਣੇ। ਤਾਂ ਗੌਰਵ ਗਰਗ ਜੀ, ਗੁਨਿਆਣਾ ਮੰਡੀ ਦਾ ਜੀ। ਬਸ ਜੀ, ਅਸੀਂ ਕੋਟੇ ਤੋਂ ਆਏ ਸੀਗੇ ਜੀ, ਅਤੇ ਸਾਨੂੰ ਫਿਰ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਦੇ ਵਿੱਚ ਰੋਕਿਆ ਸੀਗਾ ਜੀ ਇੱਕ ਦਿਨ ਵਾਸਤੇ, ਅਤੇ ਉਹ ਕਹਿੰਦੇ ਸੀ ਸੈਂਪਲ ਲੈਣਾ ਤੁਹਾਡਾ, ਅਤੇ ਅਸੀਂ ਕੱਲ੍ਹ ਆ ਗਏ ਸੀ ਇੱਥੇ ਜੀ, 12:30 ਆ ਗਏ ਸੀਗੇ, ਅਤੇ ਅੱਜ ਸਾਡਾ ਸੈਂਪਲ ਹੋਊਗਾ, ਉਦੋਂ ਬਾਅਦ ਸਾਨੂੰ ਫਿਰ ਇੱਕ ਦਿਨ ਲਈ ਰਿਪੋਰਟ ਆਊਗੀ ਜੀ, ਉਦੋਂ ਬਾਅਦ ਸਾਨੂੰ ਡਿਸਚਾਰਜ ਕੀਤਾ ਜਾਊਗਾ ਜੀ। ਕਿਸ ਤਰ੍ਹਾਂ ਤੁਸੀਂ ਬੱਸ ਤੇ ਆਏ ਹੋ? ਅਸੀਂ ਕੋਟਾ ਦੇ ਵਿੱਚੋਂ ਜੀ ਬੱਸਾਂ 'ਤੇ ਆਏ ਹਾਂ ਜੀ, ਡੱਬਵਾਲੀ ਤੱਕ ਬੱਸ 'ਤੇ ਆਏ ਸੀਗੇ ਜੀ, ਅਤੇ ਫਿਰ ਉਦੋਂ ਬਾਅਦ PRTC ਬੱਸ ਸੀਗੀਆਂ ਜੀ, ਅਤੇ PRTC ਬੱਸ ਡੱਬਵਾਲੀ ਤੋਂ ਫਿਰ ਅਸੀਂ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਤੱਕ ਜੀ। ਤੁਹਾਨੂੰ ਖਾਣ ਪੀਣ ਦਾ ਅਤੇ ਹੋਰ ਸੁਵਿਧਾ ਦਾ ਸਾਰੀ ਦਿੱਤੀ ਗਈ? ਹਾਂਜੀ, ਖਾਣ ਪੀਣ ਦੀ ਬਹੁਤ ਵਧੀਆ ਸੁਵਿਧਾ ਦਿੱਤੀ ਗਈ ਹੈ ਜੀ, ਅਤੇ ਵਾਰ ਵਾਰ ਆ ਕੇ ਪੁੱਛ ਵੀ ਰਹੇ ਨੇ, ਕੋਈ ਪ੍ਰੋਬਲਮ ਹੋਵੇ ਤਾਂ ਦੱਸਿਓ। ਹਾਂਜੀ, ਅੱਜ ਸਵੇਰੇ ਹੀ ਉਹਨਾਂ ਨੇ ਸੈਨੀਟਾਈਜ਼ ਕੀਤਾ ਸੀ ਸਾਰਾ ਫਰਸ਼ ਵਗੈਰਾ ਜੀ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਕੌਰ ਹੈ, ਮੈਂ ਤਲਵੰਡੀ ਸਾਬੋ ਦੀ ਰਹਿਣ ਵਾਲੀ ਹਾਂ ਅਤੇ ਅਸੀਂ ਪਰਸੋਂ ਤੋਂ ਕੋਟਾ ਤੋਂ ਚੱਲੇ ਹੋਏ ਹਾਂ। ਕੋਟਾ ਤੋਂ ਸਾਨੂੰ ਡੱਬ ਵਾਲੀ ਤੱਕ ਜਿਹੜੀਆਂ ਬੱਸਾਂ ਭੇਜੀਆਂ ਸੀਗੀਆਂ ਬੱਚਿਆਂ ਨੂੰ ਛੱਡਣ ਵਾਸਤੇ, ਅਤੇ ਫਿਰ ਡੱਬ ਵਾਲੀ ਤੋਂ ਬਠਿੰਡਾ ਤੱਕ, ਅਤੇ ਜਾਂ ਜਿਹੜੇ ਮਤਲਬ ਹੋਰ ਸਟੂਡੈਂਟ ਜਿੰਨੇ ਜਿੰਨੇ ਅਲੱਗ ਅਲੱਗ ਮਤਲਬ ਡਿਸਟ੍ਰਿਕਟ ਦੇ ਹੈਗੇ ਉਹਨਾਂ ਨੂੰ ਅਲੱਗ ਅਲੱਗ ਬੱਸਾਂ ਤਾਂ ਹੀ ਉਹਨਾਂ ਨੂੰ ਪੰਜਾਬ ਸਰਕਾਰ ਨੇ ਆਪਣੇ ਆਪਣੇ ਘਰ ਪਹੁੰਚਾਇਆ ਗਾ। ਅਤੇ ਸਾਨੂੰ ਕੱਲ੍ਹ ਇੱਥੇ ਮਤਲਬ ਅਲੱਗ ਅਲੱਗ ਹੋਸਟਲਾਂ ਦੇ ਵਿੱਚ ਰੱਖਿਆ ਗਿਆ ਗਾ ਮੁੰਡੇ ਕੁੜੀਆਂ ਨੂੰ ਅਲੱਗ ਅਲੱਗ, ਅਤੇ ਮਤਲਬ ਅਲੱਗ ਅਲੱਗ ਰੂਮਾਂ ਦੇ ਵਿੱਚ ਪੂਰਾ ਧਿਆਨ ਰੱਖਿਆ ਗਿਆ ਸੇਫਟੀ ਦਾ ਵੀ, ਕਿਸ ਤਰ੍ਹਾਂ ਬੱਚਿਆਂ ਨੂੰ ਰੱਖਣਾ ਗਾ। ਅਤੇ ਸਾਨੂੰ ਅਲੱਗ ਅਲੱਗ ਖਾਣਾ ਵਧੀਆ ਪੂਰੀ ਚੰਗੀ ਤਰ੍ਹਾਂ ਪ੍ਰੋਵਾਈਡ ਕੀਤਾ ਗਿਆ ਗਾ। ਅਤੇ ਹੁਣ ਸਾਡਾ ਜਿਹੜਾ ਕਿ ਅੱਜ 12:30 ਕਹਿੰਦੇ ਆ ਕਿ ਵੀ ਸਾਡਾ ਟੈਸਟ ਹੋਣਾ ਗਾ, ਟੈਸਟ ਤੋਂ ਬਾਅਦ ਜਿਸ ਤਰ੍ਹਾਂ ਰਿਪੋਰਟ ਆਊਗੀ ਫਿਰ ਉਸ ਦੇ ਅਕੋਰਡਿੰਗ, ਜਿਸ ਤਰ੍ਹਾਂ DC ਦਾ ਹੁਕਮ ਹੋਊਗਾ ਸਾਨੂੰ ਉਸ ਦੇ ਅਕੋਰਡਿੰਗ, ਜਾਂ ਤਾਂ ਵੀ ਜੇ ਘਰ ਅਕੋਰਡਿੰਗ ਕਰਨਾ ਤਾਂ ਉਸ ਦੇ ਅਕੋਰਡਿੰਗ, ਨਹੀਂ ਫਿਰ ਬਾਕੀ ਜਿਵੇਂ ਹੁਕਮ ਹੋਊਗਾ ਉਸ ਦੇ ਅਕੋਰਡਿੰਗ ਸਾਨੂੰ ਰੱਖਿਆ ਜਾਵੇਗਾ।